Party Mundabad 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 Congress 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 Party Mundabad 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 Congress Party Mundabad 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 Congress Party Mundabad 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 Congress Party Mundabad 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 Congress Party Mundabad 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 ਜਦੋਂ ਤੋਂ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਹੋਇਆ ਹੈ ਉਸ ਹੀ ਦਿਨ ਤੋਂ ਜਿਹੜੀ ਪੰਜਾਬ ਦੇ ਅੰਦਰ ਰੂਲਿੰਗ ਪਾਰਟੀ ਕਾਂਗਰਸ ਪਾਰਟੀ ਹੈ ਉਹਨਾਂ ਦੇ ਜਿਹੜੇ ਆਗੂ ਹਨ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਹਨ ਬੜੇ ਹੀ ਮੱਦਭਾਗੇ ਬਿਆਨ ਆ ਰਹੇ ਹਨ ਕਿਉਂਕਿ ਬਹੁਤ ਹੀ ਉਹ ਸਦਮੇ ਵਿੱਚ ਚਲੇ ਗਏ ਹਨ ਔਰ ਗਠਬੰਧਨ ਦੀ ਤਾਕਤ ਦੇ ਮੁਜ਼ਾਹਰੇ ਤੋਂ ਹੀ ਉਹ ਡਰ ਗਏ ਹਨ ਇਸ ਕਰਕੇ ਉਹ ਜਿਹੜੇ ਬਿਆਨ ਦੇਣ ਲੱਗੇ ਉਹਨਾਂ ਦਾ ਦਿਮਾਗੀ ਸੰਤੁਲਨ ਖੋ ਚੁੱਕਿਆ ਹੈ ਇਸ ਕਰਕੇ ਉਹ ਊਟ ਪਟਾਂਗ ਜਿਹੜਾ ਬਿਆਨ ਦੇ ਰਹੇ ਹਨ ਔਰ ਜੋ ਬਿਆਨ ਲੁਧਿਆਣੇ ਦੇ ਐਮ ਪੀ ਰਵਨੀਤ ਬਿੱਟੂ ਨੇ ਦਿੱਤਾ ਹੈ ਉਹ ਆਪਾਂ ਸਾਰਿਆਂ ਨੇ ਸੁਣਿਆ ਹੀ ਹੈ ਕਿ ਕਿਹੜੀ ਮਾਨਸਿਕਤਾ ਦਰਸਾਉਂਦਾ ਹੈ ਉਹੀ ਪੁਰਾਣੀ ਮਾਨਸਿਕਤਾ ਉਹਦੇ ਦਿਮਾਗ ਦੇ ਵਿੱਚ ਅੱਜ ਵੀ ਭਰੀ ਹੋਈ ਹੈ ਕਿ ਜਿਹਦੇ ਵਿੱਚ ਆ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਕਿਹਾ ਸੀ ਕਿ ਮੈਂ ਉਹਨਾਂ ਦੇ ਨਾਲ ਹਾਂ ਇਹ ਜਿਹੜੇ ਲੋਕ ਸਭ ਤੋਂ ਨੀਚਾਂ ਦੇ ਅੰਦਰ ਵੀ ਨੀਚ ਹਨ ਉਹਨਾਂ ਦੇ ਨਾਲ ਮੈਂ ਖੜ੍ਹਾ ਹਾਂ ਅਤੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਹਾ ਸੀ ਕਿ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਕਹਿ ਰਹੇ ਹਨ ਕਿ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਅਤੇ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਅਲੰਬੜ ਅਤੇ ਮੋਢੀ ਕਹਾਉਂਦੇ ਹਨ ਇਹ ਬੇਅੰਤੇ ਦਾ ਪਰਿਵਾਰ ਇਹ ਗੱਲ ਕਹਿ ਰਿਹਾ ਹੈ ਕਿ ਇਹ ਸੀਟਾਂ ਜਿਹੜੀਆਂ ਪਵਿੱਤਰ ਸਨ ਬਹੁਜਨ ਸਮਾਜ ਪਾਰਟੀ ਨੂੰ ਦੇ ਕੇ ਅਕਾਲੀ ਦਲ ਨੇ ਅਪਵਿੱਤਰ ਕਰ ਦਿੱਤੀਆਂ ਹਨ ਇਹ ਬਹੁਤ ਹੀ ਘਿਨਾਉਣਾ ਜਿਹੜਾ ਬਿਆਨ ਹੈ ਔਰ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਬਿਆਨ ਦੇ ਉੱਤੇ ਸਿੱਖੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ ਪਰ ਇਹ ਆਪਣਾ ਇਤਿਹਾਸ ਜਾਣਨ ਇਤਿਹਾਸ ਭੁੱਲ ਗਏ ਹਨ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਅੰਦਰ ਸਿੱਖਾਂ ਦਾ ਔਰ ਸਿੱਖੀ ਦਾ ਕਾਣ ਕੀਤਾ ਹੈ 1984 ਕਿਸੇ ਨੂੰ ਭੁੱਲੀ ਨਹੀਂ ਹੈ ਜਦੋਂ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਸਥਾਨ ਹੈ ਸਿੱਖਾਂ ਦਾ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਸੀ ਉਹ ਕਾਂਗਰਸ ਦੀ ਹੀ ਸਰਕਾਰ ਸੀ ਸੈਂਟਰ ਦੇ ਵਿੱਚ ਇਸ ਕਰਕੇ ਇਹ ਆਪਣੇ ਪਿਛੋਕੜ ਨੂੰ ਜਾਣਨ ਫਿਰ ਕੋਈ ਬਿਆਨ ਦਿਆ ਕਰਨ ਔਰ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਸਰਵ ਸਮਾਜ ਦੀ ਨੁਮਾਇੰਦਗੀ ਹੈ ਇਹਦੇ ਵਿੱਚ ਸਾਰੇ ਹੀ ਸਮਾਜ ਦੇ ਕਿਸੇ ਵੀ ਸਮਾਜ ਨੂੰ ਬਿਲੋਂਗ ਕਰਦਾ ਹੋਵੇ ਉਹ ਪਾਰਟੀ ਦੇ ਵਿੱਚ ਆਪਣੀ ਸਦੱਸਤਾ ਲੈ ਸਕਦਾ ਹੈ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਕਿ ਇਹ ਜਿਹੜੇ ਲੋਕ ਹਨ ਅੱਜ ਇਹਨਾਂ ਨੇ ਮਾਨਸਿਕਤਾ ਬਣਾ ਲਈ ਹੈ ਔਰ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਗੁੰਮਰਾਹਕੁੰਨ ਜਿਹੜਾ ਹੈ ਪ੍ਰਚਾਰ ਕਰਦੇ ਹਨ ਕਿ ਬਹੁਜਨ ਸਮਾਜ ਪਾਰਟੀ ਸਿਰਫ ਛੂਤਾਂ ਦੀ ਪਾਰਟੀ ਹੈ ਇਸ ਕਰਕੇ ਮੈਂ ਆਮ ਜਿਹੜੇ ਲੋਕ ਹਨ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੀ ਹੈ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਮੈਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਪਹਿਲਾਂ ਤਾਂ ਕਿ ਆਪਾਂ ਦੇਖੋ ਬੜੀ ਪਹਿਲਾਂ 5 ਸਾਲ ਕਾਂਗਰਸ ਨੂੰ ਆਪਾਂ ਚੁਣ ਕੇ ਉਹਨਾਂ ਨੂੰ ਰਾਜ ਦਿੱਤਾ ਸੀ ਕਿ ਸਾਡਾ ਜਿਹੜਾ ਜੀਵਨ ਹੈ ਉਹ ਕੁਛ ਖੁਸ਼ਹਾਲ ਹੋਵੇਗਾ ਸਾਡੇ ਜਿਹੜੀਆਂ ਮੁਸ਼ਕਲਾਂ ਹਨ ਉਹ ਕੁਛ ਘਟਣਗੀਆਂ ਲੇਕਿਨ ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਮੁਸ਼ਕਲਾਂ ਦਾ ਕੀ ਘਟਣੀਆਂ ਸੀ ਉਹਨੇ ਆਪਣੇ ਕੀਤੇ ਹੋਏ ਵਾਅਦੇ ਵੀ ਨਹੀਂ ਪੂਰੇ ਕੀਤੇ ਇੱਕ ਪਾਸੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਉਹਨਾਂ ਨੂੰ ਠੇਸ ਪਹੁੰਚਾਈ ਹੈ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਨਹੀਂ ਹੋਈ ਉਹ ਔਰ ਦੂਸਰੇ ਪਾਸੇ ਬੇਰੁਜ਼ਗਾਰੀ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਉਹ ਵੀ ਨਹੀਂ ਹੋਈ ਹੈ ਉਲਟਾ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਆਪਣੇ MLA ਦੇ ਮੁੰਡਿਆਂ ਨੂੰ ਰੁਜ਼ਗਾਰ ਦਿੱਤੇ ਤਹਿਸੀਲਦਾਰ ਬਣਾਇਆ MLA ਦੇ ਲੁਧਿਆਣੇ ਤੋਂ MLA ਜਿਹੜੇ ਹਨ ਔਰ ਸ਼ਗਨ ਸਕੀਮ ਦੀ ਗੱਲ ਸੀ 51,000 ਕਰਨ ਦੀ ਉਹ ਵੀ ਨਹੀਂ ਹੋਈ ਔਰ ਇੱਥੋਂ ਤੱਕ ਕਿ ਪੈਨਸ਼ਨ ਵਧਾਉਣ ਦੀ ਗੱਲ ਵੀ ਕੀਤੀ ਸੀ ਉਹ ਬਜ਼ੁਰਗਾਂ ਦੇ ਨਾਲ ਉਹ ਵੀ ਕੋਝਾ ਮਜ਼ਾਕ ਹੋਇਆ ਬਜ਼ੁਰਗ ਅੱਜ ਵੀ ਵਿਚਾਰੇ ਬੈਂਕਾਂ ਦੇ ਵਿੱਚ ਗੇੜੇ ਮਾਰ ਮਾਰ ਕੇ ਘਰ ਥੱਕ ਕੇ ਬੈਠ ਜਾਂਦੇ ਹਨ ਔਰ ਮੈਂ ਹੁਣ ਗੱਲ ਕਰਨੀ ਚਾਹੁੰਦਾ ਹਾਂ ਆਮ ਲੋਕਾਂ ਨੂੰ ਅਪੀਲ ਔਰ ਬੇਨਤੀ ਕਰਨਾ ਚਾਹੁੰਦਾ ਹਾਂ ਖਾਸ ਕਰ ਸਿੱਖ ਧਰਮ ਨੂੰ ਵੀ ਕਿ ਆਓ ਅੱਜ ਮੌਕਾ ਆ ਗਿਆ ਹੈ ਕਿ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਆਪਾਂ ਡਟ ਕੇ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਈਏ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਇਹ ਇਤਿਹਾਸਕ ਫੈਸਲਾ ਲਿਆ ਹੈ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕਰਕੇ
ਆਪਾਂ ਸਾਰੇ ਇਸ ਗੱਠਜੋੜ ਨਾਲ ਖੜੀਏ ਕਿਉਂਕਿ ਗੱਠਜੋੜ ਹੈ ਬੜਾ ਪਵਿੱਤਰ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਨਤਾਣਿਆਂ ਦਾ ਨਥਾਇਆਂ ਦਾ ਇਹ ਉਹ ਗੱਠਜੋੜ ਹੈ ਇਸ ਕਰਕੇ ਆਪਾਂ ਨੂੰ ਇਹਨੂੰ ਤਾਕਤ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੀ ਸਹੀ ਮਿਹਨਤ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਹੈ ਸਿੱਖੀ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰ ਸਕੀਏ।